ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਪਾਉਣਾ ਜੀ ਚਿਕਨ ਦਾ ਅਚਾਰ। ਅਤੇ ਆਹ ਦੇਖੋ ਜੀ, ਇਹ ਆਪਾਂ ਮਤਲਬ ਸਿਰਕੇ 'ਚ ਪਾ ਲਿਆ, ਸਿਰਕਾ ਪਾ ਤਾ, ਲੂਣ ਪਾ ਦਿੱਤਾ। ਇਹ ਹੁਣ 15 ਮਿੰਟ ਲਈ ਮੈਗਨੇਟ ਹੋਣ ਲਈ ਰੱਖ ਦੇਣਾ ਜੀ। ਮੋਟਾ ਮੋਟਾ ਆਪਾਂ ਮਤਲਬ ਮਸਾਲਾ ਪੀ ਲਿਆ, ਜਿਵੇਂ ਕਾਲੀ ਮਿਰਚ, ਸੌਂਫ, ਜੀਰਾ, ਇਹ ਆਪਾਂ ਪੀ ਲਿਆ। ਅਤੇ ਆਪਾਂ ਰਾਈ ਅਤੇ ਮੇਥੀ ਦਾਣਾ, ਵੈਸੇ 'ਚ ਤੁਸੀਂ ਮੇਥੇ ਅਤੇ ਸਰ੍ਹੋਂ ਪਾ ਸਕਦੇ ਹੋ, ਅਤੇ ਉਹਨੂੰ ਸਰ੍ਹੋਂ ਦਾਣੇ ਅਤੇ ਉਹਨੂੰ ਵੀ ਇੱਦਾਂ ਹੀ ਪੀਸ ਸਕਦੇ ਹੋ। ਅਸੀਂ ਇਹ ਯੂਜ਼ ਕਰਨਾ। ਆਹ ਸਾਡਾ ਵਰਕਰ ਜੀ ਲਸਣ ਛਿੱਲਣ ਲੱਗਿਆ ਹੋਇਆ, ਇਹ ਵੀ ਤੁਹਾਨੂੰ ਦੱਸਾਂਗੇ ਕੀ ਪ੍ਰੋਸੈਸ ਹੈ ਇਹਦਾ, ਲਸਣ ਦਾ ਬਾਅਦ 'ਚ ਪਾਵਾਂਗੇ। ਅੱਜ ਸ਼ੌਪ 'ਤੇ ਬਣਾ ਰਹੇ ਹਾਂ ਜੀ, ਜਸਵੰਤ ਸਿੰਘ, ਦੁਕਾਨ ਦਾ ਨਾਂ ਵਿਸ਼ਾਲ ਮੀਟ ਚਿਕਨ ਸ਼ੌਪ, ਅਤੇ ਇੱਧਰ ਜੱਗਾ ਬਾਈ ਚਿਕਨ ਸ਼ੌਪ ਵਾਲਾ, ਇਹਦੀ ਵੀ ਦੁਕਾਨ ਆ, ਅਤੇ ਆਓ ਅਤੇ ਪਕੌੜੇ ਛਕੋ, ਸਿਰਾ ਹੀ ਲਾਉਂਦਾ। 15 ਮਿੰਟ ਹੋ ਚੁੱਕੇ ਨੇ, ਅਤੇ ਆਹ ਦੇਖੋ ਹੁਣ ਇਹਦਾ ਹਲੇ ਮੁੰਡਾ ਨਿਚੋੜਦਾ ਨਹੀਂ, ਨਿਚੋੜਨਾ ਹੈ ਚੰਗੀ ਤਰ੍ਹਾਂ ਨਾਲ, ਵਿੱਚ ਬਚਣਾ ਨਹੀਂ ਚਾਹੀਦਾ ਇੱਦਾਂ ਮੁੱਠੀ 'ਚ। ਦਿਖਾਇਓ ਤਾਂ ਮਾੜਾ ਜਿਹਾ ਉਸਤਾਦ ਜੀ ਕਰਕੇ ਨਿਚੋੜ ਜੀ, ਆਹ ਚੰਗੀ ਤਰ੍ਹਾਂ ਨਿਚੋੜ ਲੈਣਾ ਇੱਧਰ, ਆ ਜਿਹੜਾ ਆਪਾਂ ਕੀ ਕਹਿੰਦੇ ਹਾਂ ਲਸਣ, ਅਤੇ ਕੱਟ ਲੈਣਾ ਠੀਕ ਹੈ ਜੀ। ਅਤੇ ਉਹ ਅਦਰਕ ਇਹ ਵੀ ਮਤਲਬ ਹਾਲੇ ਛੋਟੇ ਪੀਸ ਕਰਾਂਗੇ, ਫਿਰ ਇਹ ਪਾਉਣੇ ਆ ਆਪਾਂ ਉਹਦੇ ਵਿੱਚ ਬਾਅਦ 'ਚ, ਇਹ ਤੁਹਾਨੂੰ ਦਿਖਾਵਾਂਗੇ। ਦੋ ਜੀ ਸੁੱਕੀਆਂ ਮਿਰਚਾਂ ਪਾ ਦੇਣੀਆਂ ਆਪਾਂ ਤੋੜ ਕੇ, ਦਾਲਚੀਨੀ ਪਾ ਦੇਣੀ 'ਚ 2-4 ਸਟਿੱਕਾਂ, ਅਤੇ ਲੌਂਗ ਪਾਉਣੇ ਆ। ਲਓ ਜੀ, ਲੇਟ ਹੋ ਗਿਆ ਤਾਂ ਮਾੜਾ ਜਿਹਾ ਪੈ ਰਿਹਾ ਇੱਧਰ ਨੁੱਚੜ ਨੁੱਚੜ ਕੇ ਸਮਾਨ, ਜਿਵੇਂ ਲਸਣ ਪਾ ਤਾ, ਮਿਰਚਾਂ ਪਾ ਤੀਆਂ, ਲੌਂਗ ਪਾ ਤਾ, ਅਤੇ ਤੇਲ 'ਚ ਹੁਣ ਜਿਹੜਾ ਆਪਾਂ ਮੈਗਨੇਟ ਕਰਿਆ ਹੋਇਆ ਚਿਕਨ, ਇਹ ਨਿਚੋੜ ਨਿਚੋੜ ਪਾਉਣਾ। ਹੁਣ ਘੱਟ ਤੋਂ ਘੱਟ ਮਹੀਨਾ ਰੱਖ ਸਕਦੇ ਹਾਂ ਤੁਸੀਂ, ਯਾਰ ਖਰਾਬ ਨਹੀਂ ਹੋਊਗਾ। ਹੋਈ ਹੁਣ ਤੁਹਾਨੂੰ ਆਪਾਂ ਦੁਕਾਨ ਦਿਖਾ ਦਈਏ, ਦੁਕਾਨ ਦਾ ਫਰੰਟ ਹੈਲੋ ਹਲਵਾਈ ਸਾਹਿਬ, ਸਮਾਈਲ ਚਿਹਰਾ ਚਿਹਰਾ ਆਉਂਦਾ ਸੀਗਾ। ਲਓ ਜੀ, ਇਹ ਧਨੀਆ ਪਾਊਡਰ, ਰੈੱਡ ਚਿੱਲੀ ਯਾਨੀ ਕਿ ਲਾਲ ਮਿਰਚ, ਹਲਦੀ ਪੈ ਚੁੱਕਿਆ, ਅਤੇ ਹੋਰ ਪਾਉਣਾ ਹਲੇ ਬਾਬੇ ਉਹ ਲੂਣ ਪਾ ਤਾ, ਪਾਓ ਲੂਣ, ਆਹ ਮੁੰਡੇ ਨੇ ਮਾੜਾ ਜੀ ਟਾਓ ਟੱਪਾ ਜਿਹਾ ਬਣਾਉਣ ਨੂੰ ਕਰਤਾ। ਦੇਖੋ ਜੀ ਕਲਰ, ਕਲਰ ਦੇਖੋ ਤੁਸੀਂ, ਹਲਵਾਈ ਦਾ ਨਹੀਂ ਇਹਦਾ ਚਿਕਨ ਦਾ, ਬਾਹਲਾ ਸਿਰਾ ਗੱਲਬਾਤ। ਬੈਨਜ਼ਰ ਲਿਆਓ ਬਾਈ, ਬੈਨਜ਼ਰ ਬੈਨਜ਼ਰ ਲਿਆਓ, ਨਿੰਬੂ ਨਾਲ ਹੋ ਸਕਦਾ। ਹਾਂ ਜੀ ਸਿਰਕਾ ਲਿਆਓ ਜੀ, ਇੱਥੇ ਥੋੜ੍ਹਾ ਜਿਹਾ ਕੁਆਂਟਿਟੀ ਸਿਰਕੇ ਦੀ ਪਾਓ। ਓ ਮਾਈ ਗੋਡ, ਅਮੀਰਾਂ ਵਾਲੇ ਸ਼ੌਂਕ ਹੋਰ ਪਾ, ਬਸ ਦਿਸ ਭਿੰਡੀ ਦਿਸ ਪੇਠਾ, ਕੀ ਭਾਅ ਲਾ ਤੂੰ ਸੇਠਾ। ਨਾ 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 ਨਾ, ਲਓ ਫਾਈਨਲੀ ਲਓ ਜੀ ਤਿਆਰ ਹੋ ਗਿਆ, ਦਿਖਾਓ ਜੀ ਮਾੜਾ ਚੱਕ ਕੇ। ਲਓ ਫੀਲਿੰਗ ਵੰਡਰਫੁਲ, ਬਲਰ ਮਾਰਦਾ, ਹਾਂ ਫੀਲਿੰਗ ਵੰਡਰਫੁਲ ਬਣ ਕੇ। ਆਹ ਦੇਖੋ ਜੀ, ਚੱਲ ਵੀ ਦੇਖ ਚੱਕੋ ਜੀ। ਓ ਮਾਈ ਗਾਡ, ਚਿਕਨ ਲੈਗ ਪੀਸ, ਸਿਰਾ ਲਾਜਵਾਬ ਹੈ ਜੀ। ਦਾਦਾ ਇਹ ਤਾਂ ਹਲੇ ਚਿਕਨ ਚੈੱਕ ਕਰਦਾ, ਇਹ ਤਾਂ ਉਹ ਸੌਦ ਦੱਸੀ ਹੈ, ਲਾਜਵਾਬ ਹੈ। ਘੈਂਟਾ ਘੈਂਟਾ ਜੀ,